ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਹੈ ਜੀ ਮਸਲੀ ਸੀ ਕਲਾਸ C220। ਇਹਦੇ ਨਾ ਲੀਕੇਜ ਆ ਬਹੁਤ ਜ਼ਿਆਦਾ, ਥੱਲੇ ਬਹੁਤ ਲੀਕੇਜ ਆ ਗੱਡੀ ਦੀ। ਮੈਂ ਤੁਹਾਨੂੰ ਦਿਖਾਉਣਾ ਲੀਕੇਜ ਥੱਲੇ ਹੁਣ, ਅਤੇ ਮੈਂ ਸਟਾਰਟ ਕੀਤੀ ਆ ਹੁਣ ਕਾਰ। ਮਰਸਡੀ ਦਾ ਓਰੀਜਨਲ ਆਇਲ ਫਿਲਟਰ ਅਸੈਂਬਲੀ ਹੈ ਜੀ। ਠੀਕ ਹੈ ਜੀ, ਆ ਦੇਖ ਸਕਦੇ ਲਾਈਟ ਦੇ ਵਿੱਚ। ਠੀਕ ਹੈ ਜੀ, 100% ਓਰੀਜਨਲ ਹੈ ਜੀ। ਜਿਹੜੀ ਨਿਕਲੀ ਵਿੱਚੋਂ ਸੇਮ ਉਹਦੇ ਨਾਲ ਦੀ ਆ ਫੜੀ। ਇਹ ਆ ਜੀ ਪੁਰਾਣੇ ਵਾਲੀ। ਆ ਜੀ ਦੇਖ ਸਕਦੇ ਹੋ ਜੀ, ਆਇਲ ਫਿਲਟਰ ਅਸੈਂਬਲੀ ਦੀ ਲੀਕੇਜ ਹੈ ਜੀ ਇਹਦੀ। ਹਾਂਜੀ ਦੱਸੋ। ਆਇਲ ਕੂਲਰ ਖੋਲਣਾ ਪਏਗਾ ਜੀ। ਠੀਕ ਹੈ ਜੀ, ਤੋਂ ਬਾਅਦ ਭਾਜੀ ਈਜ਼ੀਅਰ ਕੂਲਰ ਤੋਂ ਬਾਅਦ ਈਜ਼ੀਅਰ ਦੀ ਪੈਪ ਖੋਲਣੀ ਪਊਗੀ ਜੀ। ਆਹ ਦੇਖ ਸਕਦੇ ਹੋ ਨਾਲੇ ਕਿੰਨਾ ਕਚਰਾ ਨਿਕਲਿਆ ਇਹਦੇ ਵਿੱਚੋਂ। ਲਓ ਜੀ, ਉਸ ਤੋਂ ਬਾਅਦ ਆਪਾਂ ਨੂੰ ਇਹ ਸਭ ਖੋਲ੍ਹਣਾ ਪੈ ਰਿਹਾ ਜੀ, ਇੰਟਕ ਮੈਨੀਫੋਲਡ। ਲਓ ਜੀ, ਉਸ ਤੋਂ ਬਾਅਦ ਆ ਗਈ ਜੀ ਆਪਣੀ ਥਰੋਟਲ ਬਾਡੀ ਵਾਰ। ਲਓ ਜੀ, ਇਸ ਤੋਂ ਬਾਅਦ ਆ ਗਈ ਸਾਡੀ ਇਹ ਪਲੇਟ ਖੁੱਲ੍ਹ ਕੇ ਬਾਹਰ। ਇਹ ਪਲੇਟ ਬਾਹਰ ਆ ਗਈ ਜੀ।
ਆਇਲ ਫਿਲਟਰ ਸੇਮ ਜੀ ਥੋੜੇ ਥੋੜੇ ਬਾਈ ਇਹਦੇ ਪਿੱਛੇ ਆਇਲ ਫਿਲਟਰ ਸੈਂਬਲੀ ਲੱਗ ਗਈ ਇਹਦੀ ਠੀਕ ਹੈ ਜੀ ਆਇਲ ਫਿਲਟਰ ਸੈਂਬਲੀ ਕੱਟ ਹੋ ਗਈ ਉਸ ਤੋਂ ਬਾਅਦ ਲੱਗਣੀ ਆਹ ਪਲੇਟ ਜੇ ਇਹ ਪਲੇਟ ਤੋਂ ਬਾਅਦ ਉੱਪਰ ਜਾ ਕੇ ਲੱਗਣਾ ਇਹਦਾ ਟੋਟਲ ਬੋਡੀ ਦੋ ਦਿਨ ਲੱਗ ਜਾਂਦੇ ਹੁੰਦੇ ਛੇ ਕਿੰਨੀ ਸਲੀਪਰੀ ਹੁੰਦਾ ਹੁੰਦਾ ਇਹ ਕਿੰਨੀ ਜਲਦੀ ਨਹੀਂ ਹੁੰਦੀ ਇਹਨੂੰ ਟਾਈਮ ਲੱਗ ਜਾਂਦਾ ਹੁੰਦਾ ਪਰ ਪੀਸ 3000 ਰੁਪਈਏ ਜੀ ਹਾਂਜੀ ਮਟੈਲਿਕ ਕਲਰ ਹੈ ਜੀ ਸਾਰਾ ਖੋਲ ਕੇ ਬੰਪਰ ਖਰਾਬ ਬਹੁਤ ਹੋਇਆ ਆਪਣੀ ਗੱਡੀ ਦਾ ਪੇਂਟ ਦਾ ਕੰਮ ਰਹਿਣ ਦਿਓ ਬਾਕੀ ਬਾਅਦ 'ਚ ਕਰਵਾ ਲਓ ਬਾਕੀ ਬਾਅਦ 'ਚ ਕਰਵਾ ਲਿਓ ਪੇਂਟ ਚਲੋ ਦੇਖਦਾ ਮੈਂ ਵੇਟ ਕਰੋ ਮੈਂ ਕੰਮ ਕਰਦਾ ਪਿਆ ਉਦੋਂ ਬਾਅਦ ਮੈਂ ਤੁਹਾਡੇ ਨਾਲ ਨਾ ਗੱਡੀ 'ਚ ਬਹਿ ਕੇ ਟਰਾਈ ਕਰਕੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦਾ ਸਾਰੀ ਕੰਮ ਦੀ ਹਾਂਜੀ ਕਿੱਦਾਂ ਜੀ ਹਾਂਜੀ Thank you.